ਗੁੱਜਰ ਦਾ ਚੰਡਾ ਹੈ ਪੱਠਾ ਬੱਲੇ ਬੱਲੇ ਕਰਵਾ ਰਿਹਾ ਹੈ, ਪਰ ਆਪ ਗਿਆ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ। ਰੇਡਰਾ ਪਿੱਛੇ ਮੁੜ ਕੇ ਵੇਖ ਕਿ ਲੰਮੀ ਛੇੜ ਜਾਣਗੇ, ਪਿੱਛੇ ਦੇਖਣ ਦੇ ਵਿੱਚ ਦਿੱਕਤ ਨਾ ਆਵੇ। ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਵਾਨ ਖਿਡਾਰੀ ਫਿਰ ਵੱਧਦਾ ਜਾ ਰਿਹਾ ਮੇਰੇ ਵੀਰੋ। ਇੱਕ ਕੰਨੀ ਤੇ ਕਹਿੰਦੇ ਟੋਕਾ ਲੱਗਿਆ ਹੋਇਆ, ਲਹਿੰਦੇ ਪੰਜਾਬ ਦੀ ਧਰਤੀ ਪਾਕਿਸਤਾਨ। ਆਓ ਸਾਹਮਣੇ ਪੰਜਾਬੀ ਮੇਰਾ ਏ, ਉਹ ਪੰਜਾਬੀ ਮੇਰਾ ਏ। ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਵਾਨ ਖਿਡਾਰੀ ਵੱਧਦਾ ਜਾ ਰਿਹਾ ਹੈ। ਅੱਜ ਕਹਿੰਦੇ ਗੋਪੀ ਹਾਲਮ ਦੀ ਟੀਮ ਹੈ, ਰਾਜੇ ਬਿਰਕਵਾਈ ਦਾ ਜ਼ੋਰ ਲੱਗਿਆ ਹੋਇਆ ਹੈ, ਜਗਰੂਪ ਯੂਐਸਏ ਦਾ ਯੋਗਦਾਨ ਹੈ। ਉਹ ਬੱਲੇ 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 ਸਵਾਦ 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 ਖੇਡ ਕਬੱਡੀ ਇੱਥੇ ਰੱਖ। ਸਮਾਂ ਹੋ ਗਿਆ, ਸਮਾਂ ਹੋ ਗਿਆ। ਰੇਡਰਾ ਪਿੱਛੇ ਮੁੜ ਕੇ ਵੇਖ ਕਿ ਲੰਮੀ ਸ਼ੀਟੀ ਮਾਰ ਮਿੱਤਰਾ, ਘਰ ਭੁੱਲ ਗਈ ਮੋੜ ਤੇ ਪੰਜੇ ਥੱਲੇ ਕੌਣ ਪਾਪੀ ਦੀਵਾ ਜਗਾ। ਆਓ ਸਾਹਮਣੇ ਕਹਿੰਦੇ ਅਰਸਲਾਨ ਬੱਟੂ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ, ਚੱਕ 141 ਸ਼ਾਹਕੋਟ ਨਨਕਾਣਾ ਸਾਹਿਬ ਦੀ ਧਰਤੀ ਹੈ। ਪਿਤਾ ਖਾਲਦ ਬੱਟੂ ਨੂੰ ਕਹਿੰਦੇ ਮਾਣ ਹੈ ਆਪਣੇ ਲਖਤੇ ਜਿਗਰ ਦੀ ਖੇਡ ਦੇ ਉੱਪਰ। ਲੈ ਵੀ ਬੱਟੂ ਦੁਨੀਆਂ ਦੇ ਵਿੱਚ ਨਾਮ ਹੈ ਖੇਡ ਕਬੱਡੀ ਦੀ ਬਦੌਲਤ। ਅੱਜ ਕਹਿੰਦੇ ਬਾਬਰ ਗੁੱਜਰ ਦਾ ਚੰਡਾ ਹੈ ਪੱਠਾ ਬੱਲੇ ਬੱਲੇ ਕਰਵਾ ਰਿਹਾ ਹੈ, ਪਰ ਆਹ ਦਾਂ ਦੇ ਨਾਲ ਦੁਨੀਆਂ ਦੇ ਵੱਡੇ ਵੱਡੇ ਰੇਡਰਾਂ ਨੂੰ ਆਹ ਜਾਫੀ ਨੇ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਹੈ। ਜਿੱਥੇ ਨੰਬਰ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰਿਓ। ਆਓ ਸਾਹਮਣੇ ਬਾਬਰ ਸਾਹਿਬ ਐਂਡ ਬੱਲੇ ਬੱਲੇ ਗਾਲੀ ਕਬੱਡੀ ਪਾਡਕਾਸਟ ਵੇਲੇ ਸਾਜਦ ਗੋਦਲ ਕਬੱਡੀ ਕਲੱਬ ਤਰਫੋਂ ਨਦੀਮ ਹਾਲਕ ਬੱਟ ਮੋਤਾ ਗਰਮੀ ਜ਼ਿਲ੍ਹਾ ਜੇਲਾ ਅੱਗੇ ਚਾਰ ਜਾਫੀਆਂ ਤੋਂ ਉਸਤਾਦ ਨਵੀਨ ਆਲ ਆਫ ਸਾਊਥ ਅਫਰੀਕਾ ਉਹਨਾਂ ਦੇ ਚਾਰ ਜਾਫੀ ਚਾਰ ਸਟਾਪ ਇਸ ਵੇਲੇ ਤਕੜਾ ਵੀ ਸਟਾਪ ਬਣਾਈ ਦੇ ਨਾਲ ਪਾਕਿਸਤਾਨ ਆਰਮੀ ਤਕੜਾ ਸਟਾਪ ਕੀਤਾ ਮੁੰਡੇ ਨੇ ਜਿਹੜਾ ਪਾਰੀ ਨਾ ਮਾਰੇ ਫਿਰ ਕਰੂ ਸੀ ਜ਼ੋਰਦਾਰ ਪਾੜੀਆਂ ਬਾਜੀ ਵਾ ਸਰਾਕਰ ਬਣਾਈ ਸਾਹਿਬ ਬਹੁਤ ਵਧੀਆ ਬਹੁਤ ਅੱਛੇ ਕਬੱਡੀ ਪਾਡਕਾਸਟ ਸਰ ਨਈਮ ਖਾਨ ਪਠਾ ਉਸਤਾਦ ਕਹਿੰਦੇ ਨੇ ਉਸਤਾਦ ਅਮਨ ਨਾਰ ਅਫੀਸਰ ਪੰਜਾਬ ਵਾਲੇ ਅੱਗੇ ਚਾਰ ਸਟਾਪ ਰੈਸ ਵੇਲੇ ਉਸਤਾਦ ਸਰਫਰਾ